वाहेगुरु जी का खालसा, वाहेगुरु जी की फतेह। ओह आपां कब्जा करना, एक कब्जा बड़ा जरूरी आ। मेरा साथ दवोंगे? जिन्हें मैनू फॉलो करते ने चलोंगे मेरे नाल कब्जा कर दें कि जगह ते? हुण तुसीं सोच रहे होवोंगे वी किहदे नाल पंगा लै लिया वीरे नाल, है वी वीरे ने कित्थे पंगा लै लिया, सानू फसाऊगा, क्यों डर गए? आपां कब्जा लैणा कित्थे लैणा? ਆਪਾਂ ਕਬਜ਼ਾ ਲੈਣਾ IAS ਦੀਆਂ ਪੋਸਟਾਂ ਤੇ, ਆਪਾਂ ਕਬਜ਼ਾ ਕਰਨਾ PCS ਦੀਆਂ ਪੋਸਟਾਂ ਤੇ, ਆਪਾਂ ਕਬਜ਼ਾ ਕਰਨਾ UPSC ਦੇ ਐਗਜ਼ਾਮ ਤੇ, ਆਪਾਂ ਕਬਜ਼ਾ ਕਰਨਾ PhD ਤੇ। ਦਵੋਂਗੇ ਸਾਥ ਮੇਰਾ? ਦੱਸੋ ਪੰਜਾਬੀਓ, ਦਵੋਂਗੇ ਸਾਥ ਮੇਰਾ? ਹੁਣ ਤੁਸੀਂ ਸੋਚੋਗੇ ਲੈ ਦੱਸ, ਉਹ ਵੀਰੇ ਨੇ ਕਿਤੇ ਲੜਨਾ ਹੁੰਦਾ ਅਸੀਂ ਨਾਲ ਚੱਲਦੇ, ਅਸੀਂ ਡਾਂਗਾਂ ਸੋਟੀਆਂ ਚੱਕਦੇ, ਹੈਂ? ਆ ਵੀਰੇ ਨੇ ਕਿਸੇ ਨੂੰ ਫੜਨਾ ਹੁੰਦਾ ਅਸੀਂ ਨਾਲ ਚੱਲਦੇ, ਇਹ ਤਾਂ ਪੰਗਾ ਹੀ ਪਤਾ ਨਾ ਨਾ। ਪੜ੍ਹਾਈ ਤਾਂ ਪੰਜਾਬੀ ਉਹ ਆਪਾਂ ਛੱਡ ਕਰਦੇ ਹੀ ਨਹੀਂ ਹੈਗੇ, ਹੈ ਨਾ, ਡਰ ਜਾਂਦੇ ਹਾਂ। ਬਸ ਉਹੀ ਵੀਡੀਓ ਬਣਾਉਣੀ ਅੱਜ, ਉਹਦੇ ਬਾਰੇ ਗੱਲ ਕਰਨੀ ਆ ਵੀ ਇਹ ਐਜੂਕੇਸ਼ਨ ਆਪਾਂ ਕਿਉਂ ਨਹੀਂ ਕਰਦੇ, ਇਹ ਐਜੂਕੇਸ਼ਨ 'ਚ ਆਪਾਂ ਪਿੱਛੇ ਕਿਉਂ ਹਾਂ? ਇਹ ਜਿਹੜੀਆਂ ਪੋਸਟਾਂ ਦਾ ਮੈਂ ਪਹਿਲਾਂ ਨਾਮ ਲਿਆ ਆ IAS IPS, ਇਹ ਦੂਜੀਆਂ ਸਟੇਟਾਂ ਵਾਲੇ ਕਿਉਂ ਲੈ ਜਾਂਦੇ ਨੇ? ਹੁਣ ਗੱਲ ਇਹ ਆ, ਆਪਾਂ ਹਰ ਕੰਮ 'ਚ ਅੱਗੇ ਹਾਂ, ਖੇਡਾਂ ਵਿੱਚ ਅੱਗੇ ਹਾਂ, ਆਪਾਂ ਲੜਨ ਦੇ ਵਿੱਚ ਅੱਗੇ ਹਾਂ, ਠੀਕ ਆ। ਆਪਾਂ ਜੇ ਕੋਈ ਲਲਕਾਰਦਾ ਆਪਾਂ ਉੱਥੇ ਪਹੁੰਚਦੇ ਹਾਂ, ਆਪਾਂ ਯਾਰ ਪੜ੍ਹਾਈ ਵਿੱਚ ਕਿਉਂ ਪਿੱਛੇ ਹਾਂ? ਕਿਉਂ ਨਹੀਂ ਪੰਜਾਬੀਓ ਤੁਸੀਂ ਵੱਡੇ ਵੱਡੇ ਪੇਪਰ ਦਿੰਦੇ, ਕਿਉਂ ਨਹੀਂ ਪੜ੍ਹਦੇ ਹੈਗੇ? ਇਹ ਔਖੀ ਗੱਲ ਨਹੀਂ ਹੈਗੀ ਮੇਰੀ, ਹੁਣ ਗੱਲ ਪੂਰੀ ਸੁਣਿਓ। ਇਹ ਤਾਂ ਸੌਖਾ ਹੀ ਕੰਮ ਆ ਚੁਟਕੀ ਵਾਲਾ, ਉਹ ਤੁਹਾਨੂੰ ਦੱਸਾਂ ਜੇ, ਆਹ ਤੁਹਾਨੂੰ ਦੱਸਦੇ ਨਹੀਂ ਹੈਗੇ ਲੋਕ ਆਹ ਤੁਹਾਡਾ ਇਤਿਹਾਸ। ਹੁਣ ਤੁਸੀਂ ਕਹੋਗੇ ਵੀ ਸਾਡਾ ਇਤਿਹਾਸ ਤਾਂ ਸਾਨੂੰ ਪਤਾ, ਸਾਡੇ ਯੋਧੇ ਸੂਰਮੇ ਬੜੇ ਤਕੜੇ ਹੋਏ ਨੇ, ਸ਼ੇਰਾਂ ਨੂੰ ਪਾੜਨ ਵਾਲੇ ਹੋਏ ਨੇ, ਬੱਬਰ ਸ਼ੇਰ, ਹਾਂ ਹੋਏ ਨੇ। ਐਜੂਕੇਸ਼ਨ ਦੇ ਵਿੱਚ ਵੀ ਪੰਜਾਬ ਘੱਟ ਨਹੀਂ ਸੀਗਾ। ਸੁਣੋ ਫਿਰ, ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਾਣਦੇ ਹੋ, ਬੜੀ ਸਿਫਤ ਕਰਦੇ ਹੋ, ਆਪਣੇ ਮਹਾਰਾਜਾ ਸਾਹਿਬ ਹੋਏ ਨੇ ਸ਼ੇਰੇ ਪੰਜਾਬ, ਦੁਨੀਆਂ 'ਚ ਇਹੋ ਜਿਹਾ ਰਾਜ ਨਹੀਂ ਕਿਸੇ ਨੇ ਕੀਤਾ, ਹੈ ਨਾ, ਨਹੀਂ ਕੀਤਾ। ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਜਾਣਦੇ ਹੋ ਵੀ ਉਹਨਾਂ ਨੇ ਲੋਕਾਂ ਦਾ ਭਲਾ ਕੀਤਾ, ਸਾਰੇ ਧਰਮਾਂ ਦਾ ਸਤਿਕਾਰ ਕੀਤਾ, ਸਾਰੇ ਧਰਮਾਂ ਦੇ ਲੋਕ ਬੜੇ ਖੁਸ਼ੀ ਨਾਲ ਰਹਿੰਦੇ ਹੁੰਦੇ ਸੀਗੇ, ਹੈ ਨਾ। ਸਿੱਖਾਂ ਦੇ ਝੰਡੇ ਉਹਨਾਂ ਨੇ ਦੁਨੀਆਂ ਦੇ ਕੋਨੇ ਕੋਨੇ ਤੱਕ ਚਲਾਏ ਨੇ, ਹੈ ਨਾ। ਅਟਕ ਦਰਿਆ ਪਾਰ ਕੀਤਾ ਉਹਨਾਂ ਨੇ ਦਰਬਾਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬੜੀ ਸੇਵਾ ਕੀਤੀ ਆ, ਜਾਣਦੇ ਹੋ? ਤੁਹਾਨੂੰ ਕਿਸੇ ਨੇ ਇਹ ਗੱਲ ਦੱਸੀ ਆ ਵੀ ਜਿਹੜਾ ਉਹਨਾਂ ਨੇ 40 ਸਾਲ ਦਾ ਰਾਜ ਕੀਤਾ ਆ, ਉਹ 40 ਸਾਲ ਦੇ ਰਾਜ ਵਿੱਚ ਜਿਹੜੇ ਪੰਜਾਬੀ ਸੀਗੇ ਪੂਰੇ, ਮਤਲਬ ਸਾਰੇ ਧਰਮਾਂ ਵਾਲੇ ਲੋਕ ਜਿਹੜੇ ਉਸ ਪੰਜਾਬ 'ਚ ਰਹਿੰਦੇ ਸੀਗੇ, ਉਹਨਾਂ ਦਾ ਐਜੂਕੇਸ਼ਨ ਲੈਵਲ ਕੀ ਸੀ ਤੁਹਾਨੂੰ ਪਤਾ ਆ? ਉਹ ਤੁਹਾਨੂੰ ਕਿਉਂ ਨਹੀਂ ਦੱਸਦੇ? ਪਤਾ ਕਿਉਂ ਨਹੀਂ ਦੱਸਦੇ? ਮੈਂ ਅੱਗੇ ਦੱਸੂੰਗਾ। ਇੱਕ ਹੁੰਦੀ ਆ ਸਟੇਟ, ਚਲੋ ਪਹਿਲਾਂ ਪਿੱਛੇ ਬੈਕ ਚੱਲੋ, ਇੱਕ ਹੁੰਦੀ ਆ ਸਿਟੀ, ਹੈ ਨਾ, ਆਪਣਾ ਸ਼ਹਿਰ ਆ ਗਿਆ, ਇੱਕ ਹੁੰਦਾ ਡਿਸਟ੍ਰਿਕਟ, ਇੱਕ ਹੁੰਦਾ ਸਟੇਟ ਜਿਵੇਂ ਪੰਜਾਬ, ਇੱਕ ਹੁੰਦੀ ਆ ਕੰਟਰੀ ਤੋਂ ਵੱਡਾ ਕੀ ਹੁੰਦਾ ਆ? ਕੰਟਰੀ ਤੋਂ ਵੱਡਾ ਹੁੰਦੀ ਆ ਕੌਂਟੀਨੈਂਟ, ਕੌਂਟੀਨੈਂਟ ਹੁੰਦਾ ਨਾ ਜਿਵੇਂ ਏਸ਼ੀਆ, ਯੂਰਪ, ਅਮੈਰੀਕਾ, ਇਵੇਂ ਹੋਰ, ਹੈ ਨਾ, ਤੇ ਕੌਂਟੀਨੈਂਟ ਤੋਂ ਵੱਡਾ ਕੀ ਹੁੰਦਾ ਆ? ਵਰਲਡ। ਹੁਣ ਸੁਣੋ, ਸੁਣਨ ਵਾਲੀ ਗੱਲ ਆ, ਸ਼ੇਅਰ ਕਰ ਦਿਓ ਦੱਬ ਕੇ। ਆਪਾਂ ਕਬਜ਼ਾ ਕਰਨਾ, ਕਬਜ਼ਾ ਸ਼ੇਅਰ ਕਰ ਦਿਓ ਦੱਬ ਕੇ। ਜਿਹੜਾ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ 40 ਸਾਲ ਦਾ ਨਾ, ਉਹ 40 ਸਾਲ ਦੇ ਪੰਜਾਬ ਦਾ ਐਜੂਕੇਸ਼ਨ ਲੈਵਲ, 40 ਸਾਲ ਦੇ ਰਾਜ ਦਾ ਐਜੂਕੇਸ਼ਨ ਲੈਵਲ ਸਟੇਟ ਤੋਂ ਨਹੀਂ, ਕੰਟਰੀ ਤੋਂ ਨਹੀਂ, ਪੂਰੇ ਏਸ਼ੀਆ ਕੌਂਟੀਨੈਂਟ ਦੇ ਵਿੱਚ ਸਭ ਤੋਂ ਵੱਧ ਸੀਗਾ। 1700-1800 ਦੇ ਵਿੱਚ ਜਿਹੜਾ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ, ਉਸ 40 ਸਾਲਾਂ ਦੇ ਰਾਜ ਵਿੱਚ ਜਿਹੜੇ ਪੰਜਾਬੀ ਸੀਗੇ, ਉਹ ਪੂਰੇ ਏਸ਼ੀਆ ਕੌਂਟੀਨੈਂਟ ਵਿੱਚ ਜਿੰਨੇ ਵੀ ਦੇਸ਼ ਆਉਂਦੇ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਐਜੂਕੇਸ਼ਨ ਲੈਵਲ ਸੀ, ਲਿਟਰੇਰੀ ਰੇਸ ਸਭ ਤੋਂ ਵੱਧ ਸੀ, ਲਿਟਰੇਰੀ ਰੇਟ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਸੀ। ਕਿੰਨੇ ਦੇਸ਼ ਆਉਂਦੇ ਨੇ ਸੋਚ ਲਿਓ, ਹੁਣ ਰੌਂਗਟੇ ਖੜੇ ਹੋਏ ਕਿ ਨਹੀਂ? ਆਪਾਂ ਤਾਂ ਕਦੇ ਸੋਚਿਆ ਹੀ ਨਹੀਂ ਵੀ ਅਸੀਂ ਵੱਡੇ ਵੱਡੇ ਪੇਪਰ 'ਤੇ ਹੀ, ਆਪਾਂ ਤਾਂ ਇਹ ਗੱਲ ਸੋਚੀ ਆ ਚਲੋ ਜੀ ਪਲੱਸ 2 ਕਰ ਲਈ ਜਾਂ ਕੁਛ ਹੋਰ ਕਰ ਲਿਆ ਜਾਂ ਬਾਹਰ ਲੰਘ ਗਏ।
ਅੱਬਾ ਕਿਸੇ ਟਾਈਮ ਐਜੂਕੇਸ਼ਨ ਦੇ ਵਿੱਚ ਵੀ ਬਹੁਤ ਅੱਗੇ ਸੀਗੇ। ਇਹ ਗੱਲ ਸੱਚ ਆ, ਸਾਡੇ ਪੂਰਵਜ ਯੋਧੇ ਸੂਰਮੇ ਹੋਏ ਨੇ, ਸ਼ੇਰਾਂ ਨੂੰ ਪਾੜਨ ਵਾਲੇ ਹੋਏ ਨੇ ਹੱਥਾਂ ਦੇ ਨਾਲ, ਪਰ ਐਜੂਕੇਸ਼ਨ ਦੇ ਵਿੱਚ ਵੀ ਪੰਜਾਬ ਇੱਕ ਨੰਬਰ 'ਤੇ ਸੀ। ਹੁਣ ਆਪਾਂ ਜਾਂਦੇ ਹੁੰਦੇ ਹਾਂ ਨਾ ਕਦੇ ਅਸਾਮ ਕੇਰਲਾ, ਗੱਲਾਂ ਕਰਦੇ ਹੁੰਦੇ ਹਾਂ ਵੀ ਉੱਥੇ ਤਾਂ ਰਿਕਸ਼ੇ ਵਾਲੇ ਦਾ ਬੜਾ ਐਜੂਕੇਸ਼ਨ ਲੈਵਲ ਹਾਈ ਆ। ਉਹ ਕਿਸੇ ਟਾਈਮ ਆਪਣਾ ਵੀ ਸੀਗਾ, ਕਿਸੇ ਟਾਈਮ ਆਪਣਾ ਵੀ ਸੀਗਾ ਜਦੋਂ ਅੰਗਰੇਜ਼ ਪੰਜਾਬ ਦੇ ਵਿੱਚ ਕੰਮ ਕਰਨ ਵਾਸਤੇ ਮਿਹਨਤਾਂ ਕਰਦੇ ਹੁੰਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ। ਹੁਣ ਆਪਾਂ ਬਾਹਰ ਜਾਂਦੇ ਹਾਂ ਨਾ ਕੰਮ ਕਰਨ ਦੇ ਵਾਸਤੇ ਅੰਗਰੇਜ਼ਾਂ ਦੇ ਅੰਡਰ, ਕੋਈ ਟਾਈਮ ਉਹ ਸੀਗਾ ਅੰਗਰੇਜ਼ ਮਿਹਨਤਾਂ ਕਰਦੇ ਹੁੰਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਸਾਨੂੰ ਆਪਣੀ ਫੌਜ ਵਿੱਚ ਕੰਮ ਦੇ ਦਿਓ, ਅਤੇ ਉਹ ਮਰਦ ਬੱਬਰ ਅਤੇ ਉਹ ਬੱਬਰ ਸ਼ੇਰ, ਸ਼ੇਰੇ ਪੰਜਾਬ ਪਤਾ ਕੀ ਕਹਿੰਦੇ ਸੀਗੇ? ਉਹ ਕਹਿੰਦੇ ਸੀ ਮੇਰੀ ਫੌਜ ਦਾ ਅਸੂਲ ਆ ਤੰਬਾਕੂ ਨਹੀਂ ਤੁਸੀਂ ਵਰਤ ਸਕਦੇ, ਕੇਸ ਨਹੀਂ ਕਟਾ ਸਕਦੇ, ਹਾਂ ਆਪਣੇ ਧਰਮ ਦੀ ਪੂਜਾ ਕਰਨੀ ਹੈ ਕਰੋ, ਇਹ ਅਸੂਲ ਹੁੰਦੇ ਸੀਗੇ। ਤੁਹਾਡੀ ਨੌਕਰੀ ਪੱਕੀ ਜਿੱਦਣ ਆਪਣਾ ਤੰਬਾਕੂ ਨਸ਼ਾ ਛੱਡ ਕੇ ਆ ਗਏ ਨੌਕਰੀ ਕਰ ਲਿਓ, ਉਹ ਤੋਂ ਪਹਿਲਾਂ ਨਹੀਂ। ਇਹ ਪੰਜਾਬ ਸੀਗਾ ਕਿਸੇ ਆਪਣੇ ਪੂਰਵਜਾਂ ਦਾ। ਮੇਰੀ ਬੇਨਤੀ ਇਹੀ ਆ, ਆਹ ਵੱਡੇ ਵੱਡੇ ਪੇਪਰ ਦਵੋ, IAS IPS PhD ਕਰੋ, ਪੜ੍ਹੋ, ਐਜੂਕੇਸ਼ਨ ਲੈਵਲ ਹਾਈ ਕਰੋ। ਮੈਂ ਤੁਹਾਨੂੰ ਦੱਸਾਂ ਇਹ ਗੱਲਾਂ ਤੁਹਾਨੂੰ ਕਿਉਂ ਨਹੀਂ ਦੱਸਦੇ? ਇਹ ਗੱਲਾਂ ਤੁਹਾਨੂੰ ਤਾਂ ਨਹੀਂ ਦੱਸਦੇ, ਜੇ ਦੱਸਣਗੇ ਫਿਰ ਤੁਸੀਂ ਪੜ੍ਹੋਗੇ, ਜੇ ਪੜ੍ਹੋਗੇ ਫਿਰ ਇਹ ਵੱਡੇ ਵੱਡੇ ਅਫਸਰ ਬਣੋਗੇ, ਜੇ ਅਫਸਰ ਬਣੋਗੇ ਫਿਰ ਪੰਜਾਬ ਵਾਸਤੇ ਕੁਛ ਵਧੀਆ ਸਿਸਟਮ ਤਿਆਰ ਕਰੋਗੇ। ਪਰ ਉਹ ਇਹ ਗੱਲ ਚਾਹੁੰਦੇ ਨਹੀਂ ਹੈਗੇ, ਆਪਾਂ ਨਹੀਂ ਪੜ੍ਹਨਾ ਚਾਹੁੰਦੇ। ਇਸ ਕਰਕੇ ਆਓ ਰਲ ਮਿਲ ਕੇ ਪੜ੍ਹੋ, ਵੱਡੇ ਵੱਡੇ ਪੇਪਰ ਦਵੋ, ਸਿੰਘੋ ਸੂਰਮਿਓ ਭੈਣੋ, IAS IPS PhD ਕਰੋ, ਵੱਡੀਆਂ ਵੱਡੀਆਂ ਕਲਾਸਾਂ ਜੁਆਇਨ ਕਰੋ। ਇਸ ਕਰਕੇ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ, ਪੰਜਾਬ ਦੇ ਇਕੱਲੇ ਇਕੱਲੇ ਪਿੰਡ ਦੇ ਵਿੱਚ ਇਹੋ ਜਿਹੇ ਅਫਸਰ ਪੈਦਾ ਹੋਣ, ਜੇ ਅਫਸਰ ਪੈਦਾ ਹੋਣਗੇ ਮਿੰਟੋ ਮਿੰਟੀ ਆਪਣੀਆਂ ਪ੍ਰੋਬਲਮਾਂ ਸੋਲਵ ਹੋ ਜਾਣਗੀਆਂ ਮਿੰਟੋ ਮਿੰਟੀ। ਇਸ ਕਰਕੇ ਦਿਨ ਰਾਤ ਇੱਕ ਕਰ ਦਿਓ, ਪੰਜਾਬ ਨੂੰ ਐਜੂਕੇਸ਼ਨ ਦੇ ਵਿੱਚ ਅੱਗੇ ਲੈ ਜਾਈਏ ਆਪਾਂ। ਵੀਡੀਓ ਸ਼ੇਅਰ ਕਰ ਦਿਓ ਦੱਬ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।